ज्ञान दी नगरी चैनल विच स्वागत है सब दोस्तों का। आओ दोस्तों अज एक फिर नवी ज्ञान की गल आप जी सांझी करिए। बहुत सारे दोस्त इस गल तो परेशान रहिंदे ने कि जो बुरा हुंदा जदों बुरा हुंदा ते मेरे नाल ही हुंदा। जिहड़े दोस्त ये गल सोचते हैं कि हर वेले मेरे नाल बुरा ही हुंदा, रब मेरे नाल बुरा करदा, हर काम दे विच मेरे नाल माड़ा हुंदा, वह इस वीडियो नूं एक बार जरूर सुन, क्योंकि अज के इस वीडियो विच आपां कुछ अजिहा वाकया आप जी दे नाल सांझा करांगे जिस तो आपां नूं ये पता लग जाएगा कि अपने नाल कदी भी बुरा नहीं हुंदा। अज का यह वाकया बहुत खास, बहुत जरूरी हर एक दे लई है, तो पूरा जरूर सुनना इस गल नूं पूरा समझण दे लई। आओ अज दे इस वाकये वल चलदे हां। कहिंदे ने कि एक वारी एक राजा ते उसका मंत्री दो ही जने जंगल दे विच सैर करन लई निकल जांदे ने, ते उस मालक दे घर दीआं गल्लां करदे करदे कुछ अपनी प्रजा नूं सही रस्ते ते लिआउण लई कुछ अपनी घर दीआं गल्लां, कुछ अपने राज दीआं गल्लां ते कुछ उस मालक दीआं गल्लां इवें करदे करदे ते अगे चलदे जा रहे ने। ते रस्ते दे विच की हुंदा कि जो राजा है उसनूं ठोकर लगदी ते उह डिग पैंदा। जदों डिगदा ते उहदा इक हत्थ तेज पत्थर दे उपर लगदा ते जिस दे नाल उहदी इक उंगल वढ जांदी। राजा बड़ा तड़फदा ते बड़ा दुख महसूस करदा, रौला पाउंदा कि मेरा एक अंग वढ हो गया, मेरी उंगल वढ हो गई। ते जो मंत्री सी नाल उह कहिंदा राजन इहदे विच गुस्सा करना जां इहदे विच अफसोस करन दी कोई गल नहीं, क्योंकि वह मालिक जो करदा चंगा करदा, जदों करदा वधिया करदा, ते आपां नूं इहदे विच दुख दी कोई गल नहीं हैगी, जकम है कुछ समय बाद ठीक हो जाएगा। तो राजे नूं इस गल दा गुस्सा आया कि मेरे एक शरीर दा अंग कट हो गया, ते ये मंत्री कह रहा है कि मालिक जो करदा चंगा करदा। उहने की कीता, गुस्से दे विच आ के कोल एक खूह सी, मंत्री नूं कहिंदा जा मेरे लई कुछ पानी लैके आ। जदों मंत्री खूह दे कोल पानी लैण गया ते उस राजे ने मंत्री नूं धक्का मारिया ते मंत्री खूह दे विच डिग पिया। ते राजा हसिया ते कहिंदा देख हुण रब जो करदा चंगा करदा, तेरा भला ही होवेगा इहदे विच, ते इस करके तैनूं खूह छाल मारती, तैनूं खूह च धक्का दे दित्ता। ਇਹ ਗੱਲ ਸੋਚ ਕੇ ਰਾਜਾ ਹੁਣ ਵਾਪਸ ਘਰ ਨੂੰ ਆ ਰਿਹਾ, ਆਪਣੇ ਰਾਜ ਨੂੰ ਮੁੜ ਕੇ ਆ ਰਿਹਾ। ਮੂਹਰੇ ਕੀ ਦੇਖਦਾ, ਕਬੀਲੇ ਦੇ ਲੋਕ ਇਕੱਠੇ ਹੋ ਗਏ, ਰਾਜੇ ਨੂੰ ਇਕੱਲਾ ਦੇਖ ਕੇ ਘੇਰ ਲਿਆ। ਕਹਿੰਦੇ ਇਹਨੂੰ ਫੜ ਲਓ, ਆਪਾਂ ਨੂੰ ਬਲੀ ਦੇਣ ਲਈ ਇੱਕ ਬੰਦਾ ਚਾਹੀਦਾ, ਇਹਦੀ ਬਲੀ ਦਿੱਤੀ ਜਾਵੇ। ਜਦੋਂ ਰਾਜੇ ਨੂੰ ਫੜਿਆ ਅਤੇ ਫੜ ਕੇ ਉਹਨੂੰ ਬਲੀ ਦੇਣ ਦੇ ਲਈ ਲੈ ਕੇ ਚੱਲੇ, ਅਤੇ ਜਦੋਂ ਬਲੀ ਲੈ ਕੇ ਜਾਣ ਦੇਣ ਲੱਗੇ ਤਾਂ ਉਹਨੂੰ ਪੂਰਾ ਉਹਨਾਂ ਨੇ ਤਿਆਰ ਕਰ ਲਿਆ ਕਿ ਹੁਣ ਇਹਦੀ ਧੌਣ ਵੱਢੀ ਜਾਵੇਗੀ, ਇਹਦੀ ਬਲੀ ਦਿੱਤੀ ਜਾਵੇਗੀ। ਜਦੋਂ ਇਹ ਗੱਲ ਦੇਖੀ ਅਤੇ ਇੱਕ ਉਸ ਕਬੀਲੇ ਦੇ ਵਿੱਚੋਂ ਕਿਸੇ ਨੇ ਕਿਹਾ, ਕਹਿੰਦੇ ਵੀ ਇਹਦੇ ਪਹਿਲਾਂ ਸਾਰੇ ਹੱਥ ਪੈਰ ਇਹਦੇ ਸਾਰੇ ਅੰਗ ਜਿਹੜੇ ਆ ਉਹ ਦੇਖ ਲਓ ਚੰਗੀ ਤਰ੍ਹਾਂ ਕਿ ਪਹਿਲਾਂ ਨਾ ਕਿਤੇ ਕੋਈ ਇਹਦਾ ਅੰਗ ਕੱਟ ਹੋਇਆ ਹੋਵੇ, ਕਿਉਂਕਿ ਅੰਗ ਕੱਟੇ ਵਾਲੇ ਵਿਅਕਤੀ ਦੀ ਕਦੀ ਬਲੀ ਨਹੀਂ ਦਿੱਤੀ ਜਾਂਦੀ, ਜਿਹਦੇ ਪੂਰੇ ਅੰਗ ਸਲਾਮਤ ਹੋਣ ਉਸੇ ਵਿਅਕਤੀ ਦੀ ਬਲੀ ਦਿੱਤੀ ਜਾਂਦੀ। ਜਦੋਂ ਇਹ ਗੱਲ ਹੋਈ ਤਾਂ ਉਹਨਾਂ ਨੇ ਉਹਦਾ ਹੱਥ ਦੇਖਿਆ ਅਤੇ ਹੱਥ ਦੀ ਇੱਕ ਉਂਗਲ ਹੈ ਨਾ, ਅਤੇ ਉਹਨੂੰ ਛੱਡ ਦਿੱਤਾ। ਕਹਿੰਦੇ ਵੀ ਜਾ, ਤੈਨੂੰ ਤੇਰੀ ਜਾਨ ਬਖਸ਼ੀ, ਕਿਉਂਕਿ ਤੇਰੀ ਇੱਕ ਉਂਗਲ ਨਾ ਹੋਣ ਕਰਕੇ ਅਸੀਂ ਤੇਰੀ ਬਲੀ ਨਹੀਂ ਦੇ ਸਕਦੇ। ਰਾਜਾ ਉੱਥੋਂ ਨੱਠਾ, ਨੱਠ ਕੇ ਆ ਕੇ ਖੂਹ ਦੇ ਕੋਲ ਆਇਆ, ਖੂਹ ਦੇ ਕੋਲੋਂ ਆ ਕੇ ਮੰਤਰੀ ਨੂੰ ਬਾਹਰ ਕੱਢਿਆ ਅਤੇ ਕਹਿੰਦਾ ਮੰਤਰੀ ਮੈਂ ਤੇਰੀ ਗੱਲ 'ਤੇ ਮੰਨ ਗਿਆ, ਮੈਂ ਤੇਰਾ ਸ਼ੁਕਰ ਕਰਦਾ ਅਤੇ ਗੱਲ ਦੀ ਤੋਂ ਮਾਫ਼ੀ ਵੀ ਮੰਗਦਾ, ਪਹਿਲਾਂ ਤੈਨੂੰ ਬਾਹਰ ਕੱਢਦਾ ਫਿਰ ਤੈਨੂੰ ਸਾਰਾ ਵਾਕਿਆ ਦੱਸਦਾ। ਜਦੋਂ ਮੰਤਰੀ ਨੂੰ ਬਾਹਰ ਕੱਢਿਆ ਅਤੇ ਰਾਜੇ ਨੇ ਕਿਹਾ, ਕਹਿੰਦਾ ਦੇਖ, ਕਹਿੰਦਾ ਮੈਨੂੰ ਕਬੀਲੇ ਵਾਲਿਆਂ ਨੇ ਫੜ ਲਿਆ ਸੀ, ਮੇਰੀ ਉਂਗਲ ਕੱਟੀ ਹੋਣ ਕਰਕੇ ਮੈਨੂੰ ਛੱਡ ਦਿੱਤਾ, ਮੈਂ ਤੇਰਾ ਬਹੁਤ ਧੰਨਵਾਦ ਕਰਦਾ ਅਤੇ ਮੈਂ ਤੇ ਤੋਂ ਇਸ ਗੱਲ ਦੀ ਹੱਥ ਜੋੜ ਕੇ ਮਾਫ਼ੀ ਮੰਗਦਾ ਕਿ ਮੈਂ ਤੈਨੂੰ ਖੂਹ 'ਚ ਧੱਕਾ ਦਿੱਤਾ। ਅਤੇ ਮੰਤਰੀ ਕਹਿੰਦਾ ਰਾਜੇ ਤੁਸੀਂ ਮਾਫ਼ੀ ਨਾ ਮੰਗੋ, ਮੈਨੂੰ ਤੁਸੀਂ ਖੂਹ 'ਚ ਧੱਕਾ ਦਿੱਤਾ, ਇਹਦੇ ਵਿੱਚ ਵੀ ਮੇਰਾ ਭਲਾ ਹੋਇਆ। ਰਾਜਾ ਕਹਿੰਦਾ ਤੇਰਾ ਭਲਾ ਕਿੱਦਾਂ ਹੋਇਆ? ਕਹਿੰਦੇ ਜੇ ਮੈਂ ਤੁਹਾਡੇ ਨਾਲ ਹੁੰਦਾ ਤੁਹਾਡੀ ਉਂਗਲ ਹੈ ਨਾ ਸੀ, ਤੁਹਾਨੂੰ ਉਹਨਾਂ ਨੇ ਛੱਡ ਦਿੱਤਾ, ਅਤੇ ਉਹਨਾਂ ਨੇ ਕਹਿਣਾ ਸੀ ਆਹ ਜਿਹੜਾ ਨਾਲ ਦਾ ਬੰਦਾ ਹੈ ਇਹਨੂੰ ਫੜ ਲਓ, ਇਹਦੇ ਸਾਰੇ ਅੰਗ ਸਲਾਮਤ ਹੈ ਅਤੇ ਇਹਦੀ ਬਲੀ ਦੇ ਦਿੰਦੇ ਹਾਂ, ਅਤੇ ਮੇਰੀ ਉਹਨਾਂ ਨੇ ਧੌਣ ਲੱਗ ਦੇਣੀ ਸੀ, ਇਸ ਲਈ ਤੁਸੀਂ ਮੈਨੂੰ ਖੂਹ 'ਚ ਧੱਕਾ ਦਿੱਤਾ, ਇਸ ਲਈ ਮੇਰਾ ਵੀ ਭਲਾ ਹੋਇਆ ਅਤੇ ਤੁਹਾਡੀ ਉਂਗਲ ਕੱਟੋ ਤੁਹਾਡਾ ਵੀ ਭਲਾ ਹੋਇਆ। ਤਾਂ ਦੋਈ ਜਣੇ ਖੁਸ਼ੀ ਖੁਸ਼ੀ ਇੱਕ ਦੂਜੇ ਨੂੰ ਮਿਲਦੇ ਅਤੇ ਆਪਣੇ ਰਾਜ ਨੂੰ ਵਾਪਸ ਆ ਜਾਂਦੇ। ਹੁਣ ਇਹਦੇ 'ਚ ਗੱਲ ਸਮਝਣ ਦੀ ਹੈਗੀ ਹੈ ਕਿ ਮਾਲਕ ਜਦੋਂ ਵੀ ਜੋ ਕਰਦਾ ਚੰਗਾ ਕਰਦਾ, ਆਪਾਂ ਇੰਨੀ ਸਮਝ ਦੇ ਮਾਲਕ ਨਹੀਂ ਹੈਗੇ ਕਿ ਉਹਦੀ ਕਲਾ ਨੂੰ ਸਮਝ ਸਕੀਏ
ਤੇ ਆਪਾਂ ਆਪੇ ਚੱਕਰ 'ਚ ਪੈ ਜਾਂਦੇ ਹਾਂ ਕਿ ਸਾਡੇ ਨਾਲ ਹੀ ਮਾੜਾ ਹੁੰਦਾ। ਕਈ ਵਾਰ ਇੱਦਾਂ ਹੁੰਦਾ ਕਿ ਆਪਣਾ ਕੁਝ ਨੁਕਸਾਨ ਹੋ ਗਿਆ ਅਤੇ ਉਹ ਮਾਲਿਕ ਦੇਖਦਾ ਹੈ ਕਿ ਇਸ ਵਿਅਕਤੀ ਦਾ ਨੁਕਸਾਨ ਹੋ ਗਿਆ, ਆਪਾਂ ਵੀ ਦੇਖਦੇ ਨੁਕਸਾਨ ਹੋ ਗਿਆ, ਪਰ ਉਹਦੇ ਵਿੱਚ ਵੀ ਭਲਾ ਹੁੰਦਾ। ਕਈ ਵਾਰੀ ਆਪਾਂ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੁੰਦਾ, ਫਿਰ ਵੀ ਥੋੜ੍ਹਾ ਬੜਾ ਨੁਕਸਾਨ ਉਹ ਹੋ ਕੇ ਤਾਂ ਆਪਾਂ ਬਾਕੀ ਨੁਕਸਾਨ ਆਪਣਾ ਬਚ ਜਾਂਦਾ। ਇਹ ਹੁੰਦਾ ਉਹਨਾਂ ਨਾਲ ਜਿਹੜੇ ਰੱਬ ਦੇ ਰਾਹ 'ਚ ਤੁਰੇ ਨੇ, ਬੰਦਗੀ ਕਰਦੇ ਨੇ, ਜੋ ਰੱਬ ਨੂੰ ਯਾਦ ਕਰਦੇ ਨੇ। ਅਤੇ ਜਿਨ੍ਹਾਂ ਨੂੰ ਜਿਹੜੇ ਬੰਦੇ ਰੱਬ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਜਦੋਂ ਸਜ਼ਾ ਮਿਲਦੀ ਹੈ ਉਹ ਵਾਕਿਆ ਹੀ ਸਜ਼ਾ ਮਿਲਦੀ ਹੈ, ਕਿਉਂਕਿ ਜਿਹੜਾ ਉਹਨੂੰ ਯਾਦ ਕਰਦਾ ਅਤੇ ਉਹਦੇ ਫਿਰ ਉਹ ਦੁੱਖ ਘਟਦਾ, ਹਰ ਇੱਕ ਦੇ ਨਹੀਂ ਘਟਦਾ। ਜੋ ਯਾਦ ਕਰਦਾ, ਜੋ ਉਹਦੀ ਰਜ਼ਾ ਦੇ ਵਿੱਚ ਰਹਿੰਦਾ, ਜਿਹੜਾ ਕਹਿੰਦਾ ਮੈਂ ਧੋਖਾ ਨਹੀਂ ਕਰਨਾ, ਜਿਹੜਾ ਕਹਿੰਦਾ ਮੈਂ ਠੱਗੀ ਨਹੀਂ ਕਰਨੀ, ਜਿਹੜਾ ਕਹਿੰਦਾ ਮੈਂ ਚੋਰੀ ਨਹੀਂ ਕਰਨੀ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਠੱਗੀ, ਚੋਰੀ, ਧੋਖਾ ਹਰ ਪਾਸੇ ਆਮ ਹੈ, ਹਰ ਕੰਮ ਦੇ ਵਿੱਚ ਧੋਖਾ ਹੈ, ਹਰ ਕੰਮ ਦੇ ਵਿੱਚ ਠੱਗੀ ਮਾਰੀ ਜਾਂਦੀ ਹੈ। ਜਿੱਥੇ ਕਿਸੇ ਦਾ ਕੋਈ ਦਾਅ ਲੱਗਦਾ, ਉੱਥੇ ਅਗਲਾ ਹੱਥ ਪਾਉਣਾ ਛੱਡਦਾ ਨਹੀਂ। ਚਾਰ ਪੈਸੇ ਜੇ ਕਿਸੇ ਦੇ ਵੱਧਦੇ ਆ ਤਾਂ ਉਹ ਆਪਣੇ ਕੋਲ ਰੱਖਦਾ ਕਿ ਉਹ ਮੈਨੂੰ ਮਿਲ ਜਾਣ। ਇਸ ਲਈ ਧੋਖਾ ਹਰ ਪਾਸੇ ਚੱਲਦਾ। ਇੱਕ ਵਪਾਰ ਹੁੰਦਾ ਹੈ, ਇੱਕ ਧੋਖਾ ਹੁੰਦਾ ਹੈ। ਵਪਾਰ ਜਿਹੜਾ ਹੈ ਉਹ ਹੋਰ ਚੀਜ਼ ਹੈ, ਜਿਹੜਾ ਧੋਖਾ ਹੈ ਉਹ ਹੋਰ ਚੀਜ਼ ਹੈ। ਇਸ ਦੇ ਉੱਤੇ ਆਪਾਂ ਕੱਲ੍ਹ ਇੱਕ ਵੀਡੀਓ ਬਣਾਵਾਂਗੇ, ਵਪਾਰ ਕੀ ਹੈ ਅਤੇ ਧੋਖਾ ਕੀ ਹੈ। ਜਿਹਨੇ ਉਹ ਗੱਲ ਸਮਝ ਲਈ ਅਤੇ ਉਹਨੂੰ ਰੱਬ ਦੇ ਘਰ ਦੀ ਗੱਲ ਸਮਝ ਆ ਜਾਵੇਗੀ, ਆ ਜਾਵੇਗੀ ਕਿ ਜਿਹੜਾ ਵਪਾਰ ਆ ਕੀ ਆ, ਕੀ ਹੈ ਅਤੇ ਧੋਖਾ ਕੀ ਹੈ। ਇਹਦੇ ਉੱਤੇ ਆਪਾਂ ਕੱਲ੍ਹ ਨੂੰ ਵੀਡੀਓ ਬਣਾਵਾਂਗੇ ਅਤੇ ਇਹਦੇ ਵਿੱਚ ਆਪਾਂ ਨੂੰ ਸਮਝ ਆਵੇਗੀ ਆਪਾਂ ਆਪਣੇ ਧੋਖੇ ਤੋਂ ਕਿਵੇਂ ਬਚਣਾ ਅਤੇ ਮਾਲਿਕ ਆਪਣਾ ਹੱਲ ਕਰੇਗਾ ਸਾਰਾ ਹੀ। ਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਜਲਦ ਹਾਜ਼ਰ ਹੋਵਾਂਗਾ ਨਵੀਂ ਵੀਡੀਓ ਨਾਲ। ਤਦ ਤੱਕ ਲਈ ਹੱਕ ਮੁਰਸ਼ਦ, ਸੱਚ ਮੁਰਸ਼ਦ।